कैलिफोर्निया से पहले वाले शहर होंगे। आ इधर सुपर लोड चकन आया भाई, फीलिंग लेंदा साढ़े लागे यार। एक्सर पिछे यार एक्सर नंबर ਹਾਲ ਉਹਨਾਂ ਲੋਡ ਬੜਾ ਮੈਂ ਕਿਹਾ ਸੋਹਣਾ ਮਿਲਦਾ। ਤਾਂ ਵੀ ਮਿੱਤਰੋ ਫਾਈਨਲੀ ਲੋਡ ਲੱਦ ਕੇ ਚੇਨਾ ਚੂਨਾ ਦਿੱਤੀਆਂ ਪਾ। ਰਹਿਣਾ ਭਾਈ ਤਿਆਰ ਹੋ ਕੇ ਪੂਰਾ ਖੜਾ ਆ, ਕਹਿੰਦਾ ਲੋਡ ਚੱਕਣਾ ਹੈ। ਮੈਂ ਸੋਚਿਆ ਸੀ ਕੋਈ ਕੂਲ ਜਿਹਾ ਲੋਡ ਚੱਕਾਂਗੇ, ਇੱਥੋਂ ਕੂਲ ਜਿਹਾ ਆਹ ਕਰੇਨ ਕਰੂਨ ਚੱਕਾਂਗੇ, ਪਰ ਬਾਈ ਕਹਿੰਦਾ ਨਾ ਇਹ ਕੂਲ ਲੋਡ ਨਹੀਂ ਤੈਨੂੰ ਚੁਕਾਉਣਾ, ਕਹਿੰਦਾ ਆਹ ਚੁਕਾਉਣਾ ਜਗਾੜ ਜਗਾੜਦਾ। ਲੋਡ ਲੱਦ ਲਿਆ ਬਈ, ਕਹਿੰਦੇ ਝਰੀਟਾਂ ਨਹੀਂ ਪੈਣੀ ਚਾਹੀਦੀਆਂ, ਫਿਰ ਸਟਰੈਪਾਂ ਪਾ ਲਈਆਂ ਤਾਂ ਕਰਕੇ ਚੇਨਾਂ ਨਹੀਂ ਪਾਈਆਂ। ਆਹ ਹੈਗਾ ਆ 13,400 pounds ਦਾ ਪੀਸ, ਆਹ ਹੈਗਾ 17,800 pounds ਦਾ ਪੀਸ, ਪੰਜ ਪੰਜ ਸਟਰੈਪਾਂ ਪਾ ਦਿੱਤੀਆਂ ਇਹਨਾਂ ਨੂੰ। ਬਾਕੀ ਨਿਗਾਹ ਰੱਖਾਂਗੇ, ਹੌਲੀ ਹੌਲੀ ਤੁਰ ਜਾਵਾਂ ਮਜ਼ੇ ਮਜ਼ੇ। ਲੋਡ ਤਾਂ ਨੀਵਾਂ ਝੋਲ ਝੂਲ ਤਾਂ ਇਹਨੇ ਬਹੁਤੀ ਮਾਰਨੀ ਨਹੀਂ, ਭਾਰਾ ਵੀ ਨਹੀਂ, ਚਲੋ ਬਹੁਤਾ 30,000 pounds ਹੀ ਆ ਭਾਰ, ਕਿਉਂਕਿ ਦੇਖਦੇ ਜੇ ਕੋਈ ਪਾਰਸਲ ਮਿਲ ਗਿਆ ਤਾਂ ਚੱਕ ਲੈਂਦੇ, ਨਹੀਂ ਤਾਂ ਰਹਿਣ ਦਿੰਦੇ ਹਾਂ, ਠੀਕ ਨਹੀਂ ਇਹ ਗੱਲਾਂ ਬਾਤਾਂ ਨੇ। ਚਲੋ ਫਿਰ ਮੁੰਡਿਓ ਚਲੀਏ ਫਿਰ ਵਾਪਸ ਕੈਲੀਫੋਰਨੀਆ ਨੂੰ। ਆ ਇੱਧਰ ਪੀਟਰਬਿਲਟ ਬਾਈ ਦਾ ਇੱਕ ਗੱਲ ਐਗਜ਼ਿਟ ਲੈਂਡ ਹੈ, ਹੌਲੀ ਹੌਲੀ ਗੱਡੀ ਵਾਲੇ ਨੇ ਨਾ ਮੂਹਰੇ ਆ ਕੇ ਬ੍ਰੇਕਾਂ ਮਾਰਦੀਆਂ ਵੀ ਹੌਲੀ ਐਗਜ਼ਿਟ ਕਿਉਂ ਲੈਂਡ ਆ। ਆਹ ਟਰੱਕ ਦੇ ਵਿੱਚ ਗੱਡੀ ਵੱਜੀ, ਇਹਦੇ ਬੋਰਾ ਆ ਸਿਰਫ ਇਹਦੇ ਕਰਕੇ, ਮਤਲਬ ਕਿ ਇਹਨਾਂ ਉਹਨੇ ਰੋਡ ਰੇਜ ਕੀਤੀ ਬੰਦੇ ਨੇ ਸ਼ਿਕਾਗੋ ਦੇ ਵਿੱਚ, ਵੀ ਬੰਦੇ ਨੇ ਐਗਜ਼ਿਟ ਜਿਹੜਾ ਆ ਬਹੁਤ ਸਲੋ ਲਿਆ। ਦੇਖ ਲਓ ਜਨਤਾ ਦੇ ਮੈਂਟਲੀ ਹਾਲਾਤ ਦੇਖ ਲਓ ਕੀ ਆ, ਖਰਾਬ ਹੋਏ ਪਏ ਨੇ ਹਾਲਾਤ ਮੈਂਟਲੀ, ਅਪਸੈਟ ਹੀ ਤੁਰੇ ਫਿਰਦੇ ਬੰਦੇ। ਚਲੀਏ ਫਿਰ ਏਅਰਪੋਰਟ ਨੂੰ, ਏਅਰਪੋਰਟ ਨਹੀਂ ਬੱਬੇ ਟਰੱਕ ਤਾਂ ਹੀ ਆ। ਆਹ ਚੱਕਿਆ ਲੋਡ ਬੜਾ ਭਾਰ ਹੋਈ, ਆਹ 8 ਟਨ ਦਾ ਮਗਰਲਾ, ਅਤੇ ਆਹ ਹੈਗੀਆਂ ਮੋਰਲੀਆਂ ਹੈਗੀਆਂ ਇਹ ਕੁਛ 650-650 ਦੀਆਂ, ਇੰਨਾ ਭਾਰ ਆ। ਢੋਆ ਡੇ ਪਿਆ ਹੋਵੇ, 5 ਪੈਸੇ ਡੇ ਪਏ ਮੇਰੇ। ਲੋਈਵਿਲ ਕੰਟੱਕੀ 'ਚ ਲੰਘ ਰਹੇ ਹਾਂ, ਅਤੇ ਇੱਥੇ ਮੋਹਰੇ ਨਾਲ ਬਿਲਡਿੰਗ ਆਈ ਆ, ਇਹ ਹੈਗਾ KFC ਵਾਲਿਆਂ ਦਾ ਮੈਨੂੰ ਲੱਗਦਾ ਵੱਡਾ ਹੈੱਡ ਕੁਆਟਰ, ਕੰਟੱਕੀ ਫਰਾਈਡ ਚਿਕਨ। ਪਹੁੰਚ ਗਿਆ ਸੀ ਤੇ ਅੱਗ ਬੁਝਾਉਣੀ ਸ਼ੁਰੂ ਕਰਤੀ। ਥੱਕਦਾ ਨਹੀਂ ਬੰਦਾ, ਥੱਕਦਾ ਮੈਂ ਨਹੀਂ ਫਿਰ ਦੇਰ ਉੜ ਕੇ ਬੰਦੇ ਵਾਸਤੇ ਪਕੌੜਾ ਹੀ ਸੋਹਣਾ ਮੈਨੂੰ।
ਮਾਲੀ ਵਾਲੇ ਦਿਨ ਮਸਿਆ ਸੀਗੀ ਤੇ ਅੱਜ ਚੰਦ ਅੱਧਾ ਹੋਣ ਨੂੰ ਫਿਰਦਾ ਟਾਈਮ ਤਾਂ ਭੱਜੇ ਜਾਂਦਾ ਰਹਿਣਾ ਭਾਈ ਹੈ ਕੀ ਵਿਚਾਰ ਆ ਤੁਹਾਡੇ ਟਾਈਮ ਦੀ ਸਪੀਡ ਥੋੜ੍ਹੀ ਜ਼ਿਆਦਾ ਤੇਜ਼ ਨਹੀਂ ਹੋ ਗਈ ਹੁਣ ਅੱਜ ਕੱਲ੍ਹ हाँ जी बाबे गुड मॉर्निंग जी तो गल है कि भी लोड चक लिया कंटक्की तो लैगजिंगटन कंटक्की तो लोड चक लिया तो लाना है सैन डिएगो आप घर आ गए थे कल तो कल नहीं परसों घर आए थे कल फिर शामी मैं निकला सगा मैं चल लोड ला राणा भाजी फरलो मार गया कहिंदा भी नहीं तू जा लोड ला मैं कहिंदा मैं नहीं जाना तो हुण मैं सैन डिएगो पहुँचा लिया सैन डिएगो ना पार्क नहीं मिलती रात को ਤਾਂ ਮੈਂ ਨਾ ਸੈਨ ਡਿਏਗੋ ਤੋਂ ਉਰੇ 40 ਮੀਲਾਂ ਉਰੇ ਹੈ ਨਾ ਫਰੀਵੇ ਦੇ ਉੱਤੇ ਲਾ ਕੇ ਸੌਂ ਗਿਆ ਸੀਗਾ ਇੱਥੇ ਰੈਸਟ ਏਰੀਏ ਜਿਹਾ ਪਿੱਛੇ ਅਤੇ ਉਹਦਾ ਔਨ ਰੈਂਪ ਜਿਹੜਾ ਹੈਗਾ ਆ ਉੱਥੇ ਨਾਲ ਟਰੱਕ ਖੜ੍ਹੇ ਸੀ ਅਤੇ ਵਿੱਚ ਮੈਂ ਟਰੱਕ ਲਾ ਲਿਆ ਮੌਸਮ ਬੜਾ ਸੋਹਣਾ ਆ ਹਵਾ ਚੱਲਣ ਡਈ ਆ ਅਤੇ ਨਾਲ ਮੇਰੇ ਇਹਦੇ ਸਫੈਦੇ ਦਾ ਦਰਖਤ ਹੈ ਇੱਕ ਸਫੈਦਾ ਆ ਪਰ ਇਹ ਅਮਰੀਕਨ ਸਫੈਦਾ ਇਹਦੇ ਕਰਕੇ ਇਹ ਨਾ ਵਿੰਗਾ ਟੇਢਾ ਥੋੜ੍ਹਾ ਜਿਹਾ ਪਰ ਹੈਗਾ 100% ਸਫੈਦਾ ਹੀ ਆ ਬਾਬਿਓ लकड़ जड़ी आ उदी स्किन भी सफाई दे वाली आ दे इधर मैं लगता फुल जे भी लगे वो जड़े होंदे नी वो अपने कप जे लगदे होंदे सफेदियां नू वो भी लगे इधर जे हुण मैं तुहानू अपना व्यू दिखावां ते व्यू आ हैगा इधर समुंदर आ हैगा पैसिफिक ओशन दी ना नहीं दी तां बाहर निकल के दिखाउणा पऊ मैनूं लगदा बदल बई जी हुई थोड़ी थोड़ी इधर ना सैन डिएगो वाल आई नहीं यार बदल बई जी बड़ी रही इतने इधर मगर फ्री भी चलन दिया ना मैं तुम लोड दिखावा चंगी तरह अज मैं लोड जी चीज हैगी लोड चक्या है की पहला तो तुम समुंदर दिखा दी है सवेरा सवेरा करके ना समुंदर चमका नहीं मार रहा हाले क्योंकि सूरज जरा है चढ़िया नहीं इधर सोने रंगा होया पाया उदा आ खड़ा ट्रक जी आ सफेदा जरा मैं पहला ट्रक के बच्चों तुम्हें दिखाया सगा मैं हम लग गया थोड़ा निरीक्षण किया जाए आ जड़िया यार टोपिया जी नहीं इंडिया अपने डिगदिया होंगे पक पक के तो उन्होंने आप कट्ठे करते होंगे कोपिया जी जड़िया निकिया निकिया वो चीज़ आ थोड़ा स्टाइल बखरा पर हैगी उ चीज़ आ हम अपने कई वीर ने कहना भी शोल्डर से ना खड़ाया करो सेफ नहीं हो आ जरा ना बाबे ये हैगा इतने पार्किंग एरिया जहाँ रैंप आ पार्क चीज बनी हो जिदा कल उन्होंने भी फ्री वे पर ही रह जाता है अज ना मैं एक बाई की टिकटॉक दे वीडियो देखी वोदिया ना कोई रात को स्ट्रैपा बढ़ गया तो पे दी शायद तो मतलब कि सारिया सारिया मैंने बढ़िया मतलब कि जो 4 इंची स्ट्रैप आ 3-3 इंची बढ़ गया तो 1-1 इंच जी हैगी लगी रहेगी नाल है ना वो ता भी जे सारिया बढ़ जाता तो हो सकता जे अपना जो बई सगा वह ना देखता है ना ये सारिया बढ़िया जाए दूरों दिसनिया सगिया हूँ पूरी नहीं बढ़िया थोड़िया थोड़िया बढ़ती उन्ना की होना जो झटका पैना से तुरे जाते ट्रक तो टुट जानिया से पर थले डिगिया नहीं होनिया से इस करके जे बई प्री ट्रिप ना करता तो उन्हू स्ट्रैपा का पता नहीं लगना सगा भी हाँ भी स्ट्रैपा बढ़िया पे लोड दिख सकता सी एक गल भी वो तो यार ये ना कार्रवाई होनी चाहिए वैसे बट तुहानू पता भी एनफोर्समेंट घट है इस करके ना CCTV कैमरे इंस्टॉल कराने जरूरी है मैं भी हूँ कराने अपने वाले ट्रक में CCTV कैमरे सो आ जड़ा है जी आ एक पीस है 4400 पाउंड का 2 टन एक है 2800 पाउंड का 4 टन ये मोहरे 2 पीस है छोटे छोटे मगरला जोड़ा सिंगल पीस है वह 8 टन का तो यहाँ मैं दसा भी चीज़ की आ जड़ी अपन बूम क्रेन्स नहीं होंगे बूम जो खंभा जहाँ तहन खड़ा कर लेंगे होंगे तो वह मगरले पास भार पाया हों क्रेन पर भी जड़ा जो लोड चक्या क्रेन ने अपने बूम से तो जी क्रेन उल्टे ना ना वो वाला भार आ ये लोड आ वो यानी कि जिदा कह लो भी जिदा तकड़ी के बच्चे बट्टे रखी दे ना वो कह लो बट्टे आ ये वेट जिन्हों कहने वो चीज़ आ 30,000 पाउंड भार से टोटल तो अपन पार्शल लोड मिले नहीं उदन इस करके आप ऐसी कला लोड ही लिया जी रेट सोहना मिल गया जी चलो पर इतने आ समुंदर दीदा है हूँ पैसिफिक ओशन हैगा जी ये ओशन साइड तो थोड़ा जहा थले आ के बैठा मैं तो गुडमैन की प्रोग्राम लालटन वाला होया पाया तो जिदा मैं पहले भी दस भी वह कहते झरीटा पैनिया नहीं चाहिए भी पेंट नीलिथा होना चाहिए लोड का
ਇਸ ਕਰਕੇ ਆਪਾਂ ਸਟਰੈਪਾਂ ਹੀ ਪਾਤੀਆਂ ਸੀਗੀਆਂ, ਚੇਨਾਂ ਨਹੀਂ ਪਾਈਆਂ। ਅਤੇ ਮੇਰੇ ਤੋਂ ਬਾਅਦ 'ਚ ਇੱਕ ਗੋਰਾ ਵੀ ਉੱਥੇ ਲੋਡ ਚੱਕਣ ਡੇ, ਜਿਹੜਾ ਔਰੇਂਜ ਪੀੜ ਵਾਲਾ ਸੀਗਾ, ਤਾਂ ਉਹ ਵੀ ਬਾਈ ਫਿਰ ਕਹਿੰਦਾ ਵੀ ਮੈਂ ਵੀ ਚੇਨਾਂ ਹੀ ਸਟਰੈਪਾਂ ਹੀ ਪਾ ਲੈਣੀਆਂ ਕਹਿੰਦਾ ਸੀ। ਫਰੀਵੇ ਹੈਗਾ ਜੀ ਆਪਣਾ, ਚਾਰ ਲੇਨ ਆਉਣ ਨੂੰ, ਚਾਰ ਲੇਨ ਜਾਣ ਨੂੰ। I-5 ਸਾਊਥ 'ਤੇ ਮੈਂ ਖੜ੍ਹਾ ਇਸ ਵੇਲੇ, ਪਰਲੇ ਪਾਸੇ ਨੌਰਥ ਚੱਲਣ ਡਿਆ। ਜਿਹੜੀਆਂ ਇੱਥੇ ਆ ਜਿਹੜੀ ਜਗ੍ਹਾ ਪਹਾੜ ਪਹੂੜ ਜਿਹੇ ਨਾ, ਸਾਰੇ ਫੌਜੀਆਂ ਦੇ ਆ। ਇੱਥੇ ਫੌਜ ਦੀ ਟ੍ਰੇਨਿੰਗ ਟਰੂਨਿੰਗ ਜੀ ਹੁੰਦੀ ਹੈ, ਅਤੇ ਮਤਲਬ ਕਿ ਫੋਰ ਸੇਲ ਨਹੀਂ ਹੈਗਾ। ਅਤੇ ਇੱਥੇ ਐਲ ਏ ਤੋਂ ਲੈ ਕੇ ਸੈਂਡੀਗੋ ਤੱਕ ਟਰੱਕ ਸਟਾਪ ਵੀ ਕੋਈ ਨਹੀਂ ਹੈਗਾ। ਸੂਰਜ ਨੇ ਵੀ ਲਾਲੀਆਂ ਕੱਢੀਆਂ ਪਈਆਂ ਪੂਰੀਆਂ, ਲਾਲੀਆਂ ਨਹੀਂ ਸੋਨੇ ਰੰਗਾ ਹੋਇਆ ਪਿਆ ਸੂਰਜ, ਗੋਲਡਨ ਸਟੇਟ ਕੈਲੀਫੋਰਨੀਆ ਹੈ। ਕੰਮ ਮਿੱਤਰੋਂ ਪਹਿਲੇ ਨਹੀਂ ਚੱਲਦਾ, ਅਤੇ ਐਤਕੀ ਵਾਪਸ ਆਉਂਦੇ ਹੋਏ ਨੁਕਸਾਨ ਕਰਾ ਲਿਆ। ਮੇਰੀ ਨਾ ਟਾਰਪ ਡਿੱਗ ਪਈ, ਇੱਕ ਟਾਰਪ ਪਾੜਤੀ ਇੱਕ ਸੈੱਟ ਲਈ, ਅਤੇ ਹੁਣ ਦੁਬਾਰਾ ਨਵੀਂ ਔਡਰ ਕੀਤੀ ਵਾ। $350 ਫੇਲ ਆ ਗਿਆ ਮੇਰਾ, ਇਹਦਾ ਨਾ ਕੋਈ ਗੇੜ ਹੀ ਲੱਗਾ ਆ। ਪੋਰਟ ਦਾ ਦੂਜੀ ਤੀਜੀ ਵਾਰੀ ਐਕਸਪੀਰੀਅੰਸ ਹੈ ਮੇਰਾ, ਪਹਿਲਾਂ ਟਮੈਕ ਕਾਰਡ ਤੋਂ ਬਗੈਰ ਸੀ, ਐਤਕੀ ਟਮੈਕ ਕਾਰਡ ਦੇ ਨਾਲ ਆ। ਅਬਾਊਟ ਅੱਧਾ ਘੰਟਾ ਹੋ ਗਿਆ ਮੈਂ ਲਾਈਨ 'ਚ ਲੱਗੇ ਨੂੰ, ਅਤੇ ਹਾਲੇ ਮੈਂ ਮੇਨ ਲਾਈਨ ਦੇ ਵਿੱਚ ਆਇਆ ਜਿਹੜੀ ਪੋਰਟ ਨੂੰ ਐਂਟਰ ਕਰਦੀ। ਪਹਿਲਾਂ ਸੜਕ 'ਤੇ ਖੜ੍ਹੇ ਸੀਗੇ ਹੈ ਨਾ, ਅਤੇ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਜੇ ਕਿਤੇ ਪੋਰਟ 'ਤੇ ਆਉਣਾ ਹੈ ਕਿਸੇ ਨੇ ਤਾਂ ਟਵਿਕ ਕਾਰਡ ਬਣਵਾ ਲਓ, ਈਜ਼ੀ ਆ, ਕੋਈ ਬਹੁਤਾ ਜ਼ਿਆਦਾ ਔਖਾ ਨਹੀਂ ਹੈਗਾ। ਪਰ ਫਾਇਦਾ ਇੱਥੇ ਵੀ ਕੀ ਆ ਟਵਿਕ ਕਾਰਡ, ਉਹ ਮੈਂ ਤੁਹਾਨੂੰ ਦੱਸਦਾ। ਸੋ ਆਹ ਹੈਗੀ ਹੈ ਜੀ ਟਵਿਕ ਲੇਨ, ਠੀਕ ਹੈ ਜੀ, ਆਹ ਲੱਗੇ ਸਾਈਨ, ਟਵਿਕ ਕਾਰਡ ਵਾਲੀ ਲੇਨ ਆ ਸਾਡੀ। ਅਤੇ ਇੱਧਰ ਜਿਹੜਾ ਆਹ ਆ ਟਰੱਕ, ਇੱਧਰੋਂ ਇੱਕ ਟਰੱਕ ਤੁਰ ਰਿਹਾ, ਅਤੇ ਲੇਨ ਵਾਲੀ ਟਵਿਕ ਲੇਨ ਵਾਲੀ 'ਚੋਂ 5 ਤੁਰ ਰਹੇ ਆ। ਪਤਾ ਨਹੀਂ ਮੇ ਬੀ ਅੱਜ ਦਾ ਇਹ ਹਿਸਾਬ ਹੋਊਗਾ, ਇੱਧਰੋਂ ਜ਼ਿਆਦਾ ਫਾਸਟ ਆ ਜਾਂ ਨੋਰਮਲ ਆ ਇਹ ਨਾ, ਇਹ ਹੁਣ ਮੈਨੂੰ ਪਤਾ ਨਹੀਂ। ਜੇ ਦੁਬਾਰਾ ਕਿਤੇ ਪੋਰਟ 'ਤੇ ਆਇਆ ਫਿਰ ਪਤਾ ਲੱਗੂਗਾ ਵੀ ਇਹ ਕੀ ਚੀਜ਼ ਆ। ਅਤੇ ਚਲੋ ਇਹਨੂੰ ਛੱਡੀ ਆਪਾਂ, ਇੱਧਰ ਆ ਖੜ੍ਹਾ ਇੱਕ ਯੋਟ ਜਿਹਾ ਖੜ੍ਹਾ ਬੱਲੇ ਬੱਲੇ, ਕਿਆ ਬਾਤ ਹੈ, ਆਹ ਬੰਦਾ ਖੜ੍ਹਾ ਇੰਨਾ ਕੁ ਸਿਰਾ ਲਾਇਆ ਪਿਆ ਪਹਿਲੀਆਂ ਨੇ ਸਿਰਾ। ਐਕਸਪੈਂਸਿਵ ਸਟਫ ਰਾਈਟ ਦੇਅਰ। ਫਾਈਨਲੀ ਬਾਬਿਓ ਵੀ ਐਂਟਰੈਂਸ ਦੇ ਲਾਗੇ ਆ ਗਿਆ ਮੈਂ। ਮੈਂ ਲੱਗਾ ਆ ਕੋਈ 8:30 ਵਜੇ ਦਾ ਲਾਈਨ 'ਚ ਲੱਗਾ, 9:30 ਹੋ ਗਏ ਆ ਫਾਈਨਲੀ। ਆਹ ਮੋਰੇ ਓਵਰਸਾਈਜ਼ ਲੋਡ ਵਾਲਾ ਫਲੈਟ ਬੈਡ ਲੱਗਾ, ਇੱਧਰ ਕਾਰਾਂ ਵਾਲਾ ਟਰੱਕ ਲੱਗਾ, ਇੱਧਰ ਕਾਰਾਂ ਚੱਕ ਕੇ ਇਕੱਲਾ ਬੰਦਾ, ਪੀਟਰ ਬੈਲਟ ਵਾਲਾ ਫੀਲਿੰਗ ਜੀ ਲੈਂਦਾ ਬਾਈ। ਮੈਂ ਹੱਥ ਖੜਾ ਕੀਤਾ, ਬੁਲਾਇਆ ਨਹੀਂ ਮੈਨੂੰ, ਕਹਿੰਦਾ ਬਾਲਪੋ ਵਾਲਿਆਂ ਨੂੰ ਨਹੀਂ ਬੁਲਾਈਦਾ ਆਪਾਂ। 9:37 ਹੋ ਗਿਆ ਮਿੱਤਰੋ, 9:37 ਪਿੱਛੇ ਵੀ ਲੈ ਲੱਗੀ ਬਈ ਪੂਰੀ। 10 ਵੱਜ ਗਏ ਬਾਬਿਓ, ਹਮ ਅਭੀ ਵੀ ਲਾਈਨ ਮੇ ਲਗੇ ਹੋਏ ਹੈ। ਯਾਰ ਜਾ ਉੱਥੇ ਖੜਾ ਹਲੇ, ਪਰ ਮਿੱਤਰੋ ਮੇਰੇ ਹੁਣ ਇੱਕ ਹੀ ਟਰੱਕ ਰਹਿ ਗਿਆ ਆ, ਬਾਕੀ ਗੁੱਡਮੈਨ ਨਹੀਂ ਹੋਈ ਗੱਲਬਾਤ ਅੱਜ। ਲਾਉਣ ਨੂੰ ਪਤਾ ਨਹੀਂ ਕਿੰਨੇ ਵਜੇ ਲਾਉਣਗੇ। ਫਾਈਨਲੀ 10:15 ਪਹਿਲੇ ਗੇਟ 'ਤੇ ਪਹੁੰਚਿਆ ਮੈਂ, ਜਿੱਥੋਂ ਬੰਦਾ ਅੱਗੇ ਜਾ ਕੇ ਦੋਨੇ ਸੇਮ ਹੋ ਜਾਂਦੇ ਆ, ਟਵਿਕ ਵਾਲੇ ਵੀ ਅਤੇ ਨੋਰਮਲ ਬੰਦੇ ਵੀ। ਆਹ ਬੰਦਾ ਇੱਥੋਂ ਗਾਈਡ ਕਰਦਾ ਵੀ ਕਿੰਨੇ ਟਵਿਕ ਵਾਲੇ ਟਰੱਕ ਲੰਘਣੇ ਆ ਅਤੇ ਕਿੰਨੇ ਦੂਜੇ ਲੰਘਣੇ ਆ, ਅਤੇ ਗਾਂਹ ਜਾ ਕੇ ਫਿਰ ਲਾਈਨਾਂ ਬਣਦੀਆਂ 3। 1:30 ਵਾਰੀ ਆਈ ਹੈ ਮਿੱਤਰੋ ਆਪਣੀ, ਲੋਡ ਹੁਣ ਚੱਲਾ ਹੈਗਾ ਮੈਂ, ਉਹ ਮੂਹਰੇ ਪਿੱਕਾ ਜਾਣ ਡਿਆ, ਉਹਦੇ ਮਗਰ ਮਗਰ ਜਾ ਕੇ ਫੋਲੋ ਕਰਨਾ ਇਹਨੂੰ ਅਤੇ ਲੋਡ ਲਾਉਣਾ ਆ। 1:45 ਹੋ ਗਏ ਆ, ਸਵੇਰ ਦਾ ਆ ਕੇ ਲੱਗਾ ਲਾਈਨ 'ਚ, ਗਾਲ ਕੱਢਣ ਦਿਲ ਕਰਦਾ ਇਹਨਾਂ ਨੂੰ, ਮੇਰਾ ਗਾਲ ਕੱਢਣ ਦਿਲ ਕਰਦਾ ਇਹਨਾਂ ਨੂੰ, ਪਰ ਚਲੋ ਕੱਲ ਹੀ ਮੂੰਹ ਤਾਂ ਆਪਣਾ ਹੀ ਗੰਦਾ ਹੋਣਾ, ਇਹ ਲਹਾਉਣਗੇ ਕਿੱਥੇ।
ਅੰਦਰ ਆਉਣ ਦੀ ਜ਼ਿਆਦਾ ਵੇਟ ਸੀ ਇਹਨੇ ਤਾਂ ਸਟਰੈਪਾਂ ਵੀ ਨਹੀਂ ਲਾਉਣ ਦਿੱਤੀਆਂ ਪਹਿਲਾਂ ਹੀ ਆ ਗਏ ਲੋਡ ਲਾਉਣ ਲਈ ਆਹ ਗੱਡੀ ਦੇਖੋ ਕਿੰਨੀ ਘੈਂਟ ਬਣਾਈ ਪਈ ਆ ਤਿਆਰ ਕੀਤੀ ਆ ਪੁਰਾਣੀ ਆ ਗੱਡੀ ਓਲਡ ਸਕੂਲ ਹੈ ਸਾਫ਼ ਸੁਥਰੀ ਬਣਾਈ ਪਈ ਆ ਕਿਸੇ ਵੇਲੇ ਨਾ ਮੈਂ ਆਕਸ਼ਨ ਤੋਂ ਆ ਫੌਜੀਆਂ ਵਾਲੀ ਹਮੀ ਚੱਕਣੀ ਆ ਐਚ ਬੰਨ ਆ ਇਹ ਉੱਦਾਂ ਤਾਂ ਜੇ ਤੁਸੀਂ ਐਚ ਬੰਨ ਲੈਣਾ ਹੋਵੇ ਤਾਂ ਹੁਣ 2-2.5 ਲੱਖ 3 ਲੱਖ ਡਾਲਰ ਤੱਕ ਆ ਸਾਫ਼ ਸੁਥਰੇ ਜਿਹੜੇ ਆ ਪਰ ਆਪਾਂ ਫੌਜੀਆਂ ਦੀ ਚੱਕ ਕੇ ਨਾ ਹਮੀ ਉਹ ਮੋਡੀਫਾਈ ਕਰਾਂਗੇ ਲੈ ਇੰਨਾ ਕੰਮ ਸੀਗਾ ਸਵੇਰ ਦਾ ਗੇਟ 'ਤੇ ਖੜਾਇਆ ਸਾਲਿਆਂ ਨੇ ਸੋਰੀ ਕਾਰ ਨਿਕਲੀ ਪਰ ਕੰਮ ਇੰਨਾ ਹੀ ਸੀਗਾ ਬਾਬੇ ਉਹ ਪਰ ਟਾਈਮ ਜ਼ਿਆਦਾ ਲੱਗ ਗਿਆ ਹੁਣ ਇੱਥੋਂ ਮੈਨੂੰ ਲੱਗਦਾ ਤੁਰਦੇ ਤੁਰਦੇ ਮੈਨੂੰ 2-2.5 ਵੱਜ ਜਾਣੇ ਆ ਅਤੇ ਰਾਤ ਪੈ ਜਾਣੀ ਘਰ ਪਹੁੰਚਦੇ ਬੇਕਰ ਫੇਡ ਚਲੀਏ ਫਿਰ ਮਿੱਤਰੋ ਇੱਥੋਂ ਆਪਾਂ ਹੁਣ ਸੈਨ ਡੀਏਗੋ ਨੈਸ਼ਨਲ ਸਿਟੀ ਆਹ ਤਾਂ ਜਹਾਜ਼ ਜਿਹੜਾ ਨਾ ਯਾਟ ਹੀ ਆ ਇਹ ਜਿੱਦਾਂ ਉਹ ਪਹਾੜੀਆਂ ਛਾੜੀਆਂ ਕਰਨ ਵਾਲਾ ਕੈਟ ਦੀਆਂ ਮੋਟਰਾਂ ਬੜੀ ਮਸ਼ੀਨਰੀ ਖੜੀ ਆ ਵੀ ਇਹਨਾਂ ਕੋਲ ਆਹ ਗੱਡੀਆਂ ਜਿੰਨੀਆਂ ਕੁ ਵੀ ਖੜੀਆਂ ਨਾ ਪਹਿਲਾਂ ਮੈਂ ਸੋਚਦਾ ਇਹ ਇੰਪਲੋਈ ਆ ਇਹਨਾਂ ਦੇ ਹੈ ਨਾ ਵੀ ਉਹਨਾਂ ਦੀਆਂ ਗੱਡੀਆਂ ਆ ਪਰ ਹੁਣ ਮੈਂ ਦੇਖਿਆ ਵੀ ਇੰਪਲੋਈਆਂ ਦੀਆਂ ਗੱਡੀਆਂ ਨਹੀਂ ਉੱਦਾਂ ਗੱਡੀਆਂ ਖੜੀਆਂ ਇਹ ਜਿਹੜੀਆਂ ਲੋਕ ਹੋਰ ਸਟੇਟਾਂ ਤੋਂ ਸ਼ਿਪ ਕਰਦੇ ਆ ਜਾਂ ਕਿਤੇ ਕੰਟਰੀਜ਼ ਵਗੈਰਾ ਤੋਂ ਸ਼ਿਪ ਕਰਦੇ ਨਾ ਉਹ ਵਾਲੀਆਂ ਗੱਡੀਆਂ ਨੇ ਉਹ ਇੱਥੇ ਆਉਂਦੀਆਂ ਆ ਇੱਥੋਂ ਚੱਕ ਕੇ ਨਵੀਆਂ ਗੱਡੀਆਂ ਜਿੱਦਾਂ ਬਾਹਰਲੀਆਂ ਇੰਪੋਰਟਡ ਹੁੰਦੀਆਂ ਹੈ ਨਾ ਉਹ ਚੱਕ ਕੇ ਫਿਰ ਗਾਹਾਂ ਡਿਸਟ੍ਰੀਬਿਊਟ ਕਰਦੇ ਆ ਜਿਹੜੀਆਂ ਟ੍ਰੇਨਾਂ 'ਚ ਜਾਂਦੀਆਂ ਉਹ ਟ੍ਰੇਨਾਂ 'ਚ ਜਾਂਦੀਆਂ ਟਰੱਕਾਂ 'ਤੇ ਜਾਂਦੀਆਂ ਉਹ ਟਰੱਕਾਂ 'ਤੇ ਹੈ ਨਾ ਉਹ ਪ੍ਰੋਗਰਾਮ ਹੈਲੀਕਾਪਟਰ ਵੀ ਉੜੀ ਜਾਂਦਾ ਬਾਰ ਬਾਰ ਇਹ ਘੁੰਮਦਾ ਪਤਾ ਨਹੀਂ ਕੀ ਚੱਕਰ ਹੈ ਬਾਬੇ ਸੋ ਗੱਲ ਹੈਗੀ ਤਾਂ ਵੀ ਲੋਡ ਲਾ ਗਿਆ ਘਰੇ ਆ ਗਿਆ 24 ਘੰਟੇ ਲੱਗ ਗਏ ਬੇਕਰ ਫੀਲਡ ਤੋਂ ਸੈਨ ਡੀਏਗੋ ਜਾ ਕੇ ਲੋਡ ਲਾ ਕੇ ਅਤੇ 24 ਘੰਟੇ ਬਾਅਦ ਮੈਂ 23 ਘੰਟੇ ਬਾਅਦ ਕੱਲ੍ਹ 9 ਵਜੇ ਤੁਰਿਆ ਸੀਗਾ ਅੱਜ 8 ਵਜ ਗਏ ਸ਼ਾਮ ਦੇ ਅਤੇ ਨਜ਼ਾਰਾ ਇਹ ਵੱਜਿਆ ਵੀ ਬੇਕਰ ਫੀਲਡ ਦੇ ਵਿੱਚ ਮੀਂਹ ਪੈ ਰਿਹਾ ਅੱਜ ਮੀਂਹ ਜਿਹੜਾ ਬੇਕਰ ਫੀਲਡ 'ਚ ਕਦੇ ਕਦੇ ਪੈਂਦਾ ਜਦੋਂ ਪੈਂਦਾ ਤਾਂ ਫਿਰ ਮੈਨੂੰ ਬਹੁਤ ਵਧੀਆ ਲੱਗਦਾ ਕੈਲੀਫੋਰਨੀਆ 'ਚ ਵੀ ਠੰਡ ਹੋ ਗਈ ਬਾਬੇ ਕੱਲ੍ਹ ਰਾਤ ਵਾਲੇ ਮੀਂਹ ਨਾ ਉਹ ਨਹੀਂ ਸਵੇਰੇ ਸਵੇਰੇ ਆਇਆ ਸੀ ਬਾਹਰ ਮੈਂ ਕਿਹਾ ਚੱਲ ਦੇਖੀ ਬਾਹਰ ਜਾ ਕੀ ਪ੍ਰੋਗਰਾਮ ਬਾਹਰ ਤਾਂ ਚਿੱਲ ਮੋਡ ਚੱਲਣ ਡਈ ਆ ਚਿੱਲ ਮੋਡ ਪੂਰਾ ਚਿੱਲ ਮੋਡ ਮੀਂਹ ਪੈਣ ਦੇ ਹਾਲੇ ਵੀ ਪੂਰੇ ਪੂਰੇ ਚਾਂਸ ਸ਼ਾਇਦ ਨਹੀਂ ਹੈਗੇ ਚਲੋ ਫਿਰ ਬਾਬਿਓ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਰੱਬ ਰਾਖਾ ਜੀ।